गुरपर्व ते जगणगा हुण बाबा जी दे ठीक ठाक हो सारे ते उम्मीद करदे आं सारयां दी दिवाली वधिया लंघी आ ते सारयां दा दिन खुशियां भरिया लंघिया है ना। ते कल ना मैं टाइटल लिखा सी उस आधार ते ना एक शायद भैन ने कहा भी जिवें आपां हैंडीकैप है ना भी उदां ही सारे हो जाण है ना भी उहनां नूं भी पता लगे जो मजाक करदे साडे बारे है ना। ते नहीं आपां इदां नहीं कहना आपां जां तां महाराज आपां नूं उहनां वर्गा कर दे है ना आपां ऐं कह सकदे हाँ भी आपां किसे दा माड़ा तां कहिणों सोचणा ते भी जां तां आपां नूं उहनां वर्गा कर दे जां उहनां नूं मत बुद्धि बख्शण परमात्मा है ना क्यों जी सारे अपने अर्गे हो गए ते अपने आपां नूं सहारा भी चाहीदा किसे दा पहली गल तां सहारे दी लोड़ नहीं ते महाराज सहारे की लोड़ ना ही पावे है मता बख्शे वाधू है ना बल बख्शे है ना आपां नूं ते बाकी कई हुंदियां भी अजिहियां गल्लां जिथे आपां नूं सहारा चाहीदा भी है सारा काम आपां खुद भी नहीं कर सकदे ना सहारे की भी लोड़ पैंदी है रावण ते पानी लैंदा भर के गर्म पानी नहीं का कीता गा गीजर वाला थोड़ा गर्म करना नहाने वाला हुंदा गा ते शॉर्टकट काम थोड़ा बाकी ना भी कल सारे दी दिवाली किवें दी गई तुसी जरूर दस्यो साडी भी वधिया सी सारे दी वधिया होवे है ना हर दिन दिवाली वर्गा होवे सारे भैन भरावां दा हां है ना ऐ ते है दिवाली वर्गा दिन होवे सारे दिन दिवाली वर्गे होण सारे दे घर होवे ते साडी लक्ष्मी आ गई हुण साडी लक्ष्मी नूं कल महीना भी हो गया सी एक महीना अगर आज दे दिन हो कल दे दिन हो जाती महीना ले की कहंदे सी आपां कुछ भी नहीं जब नूर हो गई है कल बड़ा परेशान कर दी सी कल रात तां 2 बजे तक 2 बजे तक ही गया रात तक परसों भी 2 बजे तक ही सी परेशान कीता ने हुण जब नूर कौन सो जे आराम है ना सो जाएगा ते ਆਪਾਂ ਨਹੀਂ ਮਾੜਾ ਸੋਚਣਾ ਕਿਸੇ ਬਾਰੇ ਹੈ ਨਾ ਅਗਲਾ ਆਪਣੇ ਬਾਰੇ ਸੋਚਦੇ ਗੁੱਸਾ ਤਾਂ ਮੈਨੂੰ ਵੀ ਬਹੁਤ ਆਉਂਦਾ ਜਦੋਂ ਕੋਈ ਗਲਤ ਬੋਲਦਾ ਗਲਤ ਕਮੈਂਟ ਕਰਦਾ ਕਰ ਨਾ ਬੜੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਹੈ ਨਾ ਉਹ ਬੜੇ ਚੰਗੇ ਵੀ ਮਿਲਣਗੇ ਹੈ ਨਾ ਹਰ ਕਿਸੇ ਦੀ ਆਪਣੀ ਸੋਚ ਹੈ ਸੁਭਾਅ ਹੈ ਕਿਵੇਂ ਦਾ ਆਪਾਂ ਉਹਨਾਂ ਨੂੰ ਹਰ ਟਾਈਮ ਸਮਝਾ ਵੀ ਨਹੀਂ ਸਕਦੇ ਠੀਕ ਹੈ ਨਾ ਤੇ ਨਾ ਸਫਾਈਆਂ ਦੇਣ ਦੀ ਲੋੜ ਆਪਾਂ ਨੂੰ ਹੈ ਨਾ ਤੇ ਇਹ ਤੇ ਪਰਮਾਤਮਾ ਹੈ ਆਪ ਉਹਨੇ ਆਪਣੇ ਆਪ ਹੀ ਉਸ ਬੰਦੇ 'ਚ ਪਾਣੇ ਫਿਰ ਕਈ ਇਹ ਚੀਜ਼ ਹੁੰਦੀ ਕਿ ਕਈਆਂ ਦਾ ਕਿ ਕਰਮ ਕਹਿ ਲਓ ਹੈ ਨਾ ਕਿਉਂਕਿ ਕਿਸਮਤ ਵੀ ਤਾਂ ਹੀ ਬਣਦੀ ਹੈ ਜੇ ਕਰਮ ਸਹੀ ਹੈ ਸਾਰਿਆਂ ਦੇ ਕਈ ਐਂਡ ਤੱਕ ਨਹੀਂ ਸੁਧਰਦੇ ਕਈ
ਰੱਬ ਉਤੋਂ ਹੀ ਇੰਨਾ ਵਧੀਆ ਬਣਾ ਕੇ ਭੇਜਦਾ ਉਹਨਾਂ ਨੂੰ। ਸੋਚ ਤੋਂ ਸੋਚ ਚੰਗੀ ਹੋਣੀ ਚਾਹੀਦੀ ਹੈ, ਬਾਕੀ ਸੂਰਤਾਂ ਚ ਕੀ ਰੱਖਿਆ। ਸੀਰਤ ਵਧੀਆ ਤਾਂ ਸਭ ਵਧੀਆ, ਠੀਕ ਹੈ, ਸੂਰਤਾਂ ਚ ਕੀ ਰੱਖਿਆ। ਤੇ ਆਪਾਂ ਨੀ ਕਿਸੇ ਨੂੰ ਕਹਿਣਾ ਗਾ ਵੀ ਜਾਂ ਆਪਣੇ ਵਰਗੇ ਸਾਰੇ ਹੋ ਜਾਣ। ਗੁਰੂ ਰਾਮਦਾਸ ਜੀ ਯਾਨੀ ਕਿ ਆਪਾਂ ਨੂੰ ਉਹਨਾਂ ਵਰਗਾ ਕਰ ਦੇਣ, ਠੀਕ ਹੈ, ਤੇ ਤਾਂ ਕਿ ਉਹਨਾਂ ਦੀ ਸੋਚ ਬਦਲ ਦੇਣ ਜਾਂ ਉਹਨਾਂ ਦੀ ਸੋਚ ਬਦਲ ਦੇਣ, ਹੈ ਨਾ। ਤੇ ਵੈਸੇ ਤਾਂ ਰੱਬ ਦਾ ਡਰ ਰੱਖਣ, ਰੱਬ ਦਾ ਡਰ ਚਾਹੀਦਾ ਬੰਦੇ ਨੂੰ, ਜੋ ਮਾੜਾ ਚੰਗਾ ਸਭ ਕੁਝ। ਜੇ ਸਾਡੇ ਚੰਗੇ ਕਰਮ ਦੇਖਦੇ ਤਾਂ ਸਾਡੇ ਮਾੜੇ ਵੀ ਦੇਖਦੇ ਨੇ। ਉਹ ਤਾਂ ਜਿੱਥੇ ਮਰਜ਼ੀ ਬਹਿ ਕੇ ਕਰ ਲਓ, ਚੰਗਾ ਮਾੜਾ ਕਰਮ ਜੋ ਚੱਲ ਵੀ ਰਿਹਾ ਹੈਗਾ ਨਾ, ਉਹ ਵੀ ਉਹ ਵੀ ਜਾਣੀ ਜਾਣ ਨੇ, ਤਾਂ ਵੀ ਜਾਣੀ ਜਾਣ ਉਹ ਜਾਣਦੇ ਆ ਸਭ ਕੁਝ, ਦਿਲਾਂ ਦੀਆਂ ਜਾਣਦੇ ਆ। ਮੈਂ ਤਾਂ ਨਹੀਂ ਕਹਿੰਦੇ ਨੇ, ਜਦੋਂ ਸਾਨੂੰ ਪਰਮਾਤਮਾ ਨੇ ਜਿਵੇਂ ਮੇਰੇ ਦਿਲ ਦੀ ਜਾਣ ਕੇ ਰਮਨ ਨੂੰ ਭੇਜਿਆ, ਠੀਕ ਹੈ, ਸਾਡੇ ਦੋਨਾਂ ਦੇ ਦਿਲ ਜੀ ਜਾਣ ਕੇ ਸਾਡੀ ਜ਼ਿੰਦਗੀ 'ਚ ਜਪ ਨੂਰ ਨੂੰ ਭੇਜਿਆ, ਇੱਦਾਂ ਹੀ ਯਾਨੀ ਕਿ ਵੀ ਉਹ ਦਿਲਾਂ ਦੀਆਂ ਜਾਣਦੇ ਆ, ਅਤੇ ਉਹਦੇ ਤੋਂ ਕੁਝ ਨਹੀਂ ਲੁਕਦਾ, ਚੰਗਾ ਹੋਵੇ ਮਾੜਾ ਹੋਵੇ ਉਹ ਜਾਣੀ ਜਾ ਰਿਹਾ। ਚਲੋ ਸਾਰਿਆਂ ਦੀਆਂ ਗੱਲਾਂ, ਚਲੋ ਆਪਣੀ ਆਪਣੀ ਸੋਚ ਹੈਗੀ ਹੈ, ਹੈ ਨਾ, ਉੱਤੇ ਕੀ ਕਿਸੇ ਦਾ ਕਹਿ ਸਕਦੇ ਹਾਂ, ਪਰ ਹਰ ਕਿਸੇ ਦੀ ਆਪਣੀ ਆਪਣੀ ਜ਼ਿੰਦਗੀ ਹੈਗੀ ਹੈ। ਕੋਈ ਕਿਸੇ ਕਿਸੇ ਹਿਸਾਬ ਨਾਲ ਬਿਤਾ ਰਿਹਾ, ਕੋਈ ਕਿਸੇ ਹਿਸਾਬ ਨਾਲ ਬਿਤਾ ਰਿਹਾ, ਅਤੇ ਸਾਡੀ ਲਾਈਫ ਵਧੀਆ ਚੱਲ ਰਹੀ ਹੈ, ਵਧੀਆ ਹੈ, ਅਤੇ ਐਵੇਂ ਪਰਮਾਤਮਾ ਚਲਾਉਂਦੇ ਰਹੇ, ਤੁਹਾਡੇ ਸਿਰ 'ਤੇ ਹੀ ਹੈ ਸਾਰੇ ਸਾਰੀ ਗੱਲ। ਤਾਂ ਬਾਕੀ ਹੈ ਨਾ ਵੀ ਕਈ ਆਪਣੇ ਤੋਂ ਵੀ ਮਾੜੀ ਹਾਲਤ ਆ ਕਈਆਂ ਦੀ, ਮੈਂ ਵੇਖਿਆ ਨਾ, ਅਤੇ ਜਾਣੀ ਕਿ ਕਹਿੰਦੇ ਹੁੰਦੇ ਉੱਚੇ ਨੂੰ ਦੇਖ ਕੇ ਦਿਨ ਨਾ ਕੱਟੋ, ਆਪ ਤੋਂ ਨੀਵੀਂ ਨੂੰ ਦੇਖ ਕੇ ਦਿਨ ਕੱਟੋ, ਅਤੇ ਫਿਰ ਪਤਾ ਲੱਗਦਾ, ਠੀਕ ਹੈ, ਵੀ ਸਾਡੇ ਤੋਂ ਵੀ ਕੋਈ ਦੁਖੀ ਪਿਆ ਅਤੇ ਜਾਂ ਸਾਡੇ ਤੋਂ ਵੀ ਮਾੜਾ ਪਿਆ, ਹੈ ਨਾ, ਅਤੇ ਨਾ ਗਰੂਰ ਕਰਨਾ ਚਾਹੀਦਾ ਕਿਸੇ ਗੱਲ ਦਾ, ਅਤੇ ਨਾ ਹੰਕਾਰ, ਕਹਿੰਦੇ ਹੁੰਦੇ ਨਾ ਹੰਕਾਰਿਆ ਸੋ ਮਾਰਿਆ, ਅਤੇ ਹੰਕਾਰ ਕਿਸ ਗੱਲ ਦਾ, ਮੋਹ ਪਿਆਰ ਆ, ਜਿੰਨਾ ਬਣਾ ਲਾਂਗੇ ਵਧਾ ਲਾਂਗੇ, ਹੈ ਨਾ, ਅਤੇ ਓਨਾ ਹੀ ਥੋੜ੍ਹਾ। ਵੈਸੇ ਤਾਂ ਅੱਜ ਕੱਲ੍ਹ ਵੀ ਬਹੁਤ ਮੋਹ ਪਿਆਰ ਦਿਲਾਂ 'ਚੋਂ ਘੱਟਦਾ ਜਾਂਦਾ ਗਾ, ਹੈ ਨਾ, ਉਹ ਗੱਲਾਂ ਨਹੀਂ ਰਹੀਆਂ, ਜਾਣੀ ਕਿ ਵੀ ਉਹ ਕਹਿੰਦੇ ਹੁੰਦੇ ਨਾ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥਾਂ ਦਾ ਨਹੀਂ, ਵੀ ਜਾਣੀ ਕਿ ਜਿਹੜਾ ਪੁਰਾਣਾ ਵੇਲਾ ਲੰਘ ਗਿਆ ਉਹ ਨਹੀਂ ਹੁਣ ਆਪਣੇ ਹੱਥ ਆਉਣਾ, ਠੀਕ ਹੈ, ਅਤੇ ਜਿਹੜਾ ਹੁਣ ਚੱਲ ਰਿਹਾ ਜਿੰਨਾ ਮੋਹ ਪਿਆਰ ਆਪਣੇ ਦਿਲਾਂ 'ਚ ਇੱਕ ਦੂਜੇ ਪ੍ਰਤੀ, ਹੈ ਨਾ, ਉਹਨੂੰ ਸੰਭਾਲ ਕੇ ਰੱਖੋ, ਆਪਾਂ ਤਾਂ ਇਹੀ ਕਹਾਂਗੇ, ਠੀਕ ਹੈ, ਅਤੇ ਨਫ਼ਰਤ ਨਹੀਂ ਪਾਲਣੀ ਚਾਹੀਦੀ, ਪਤਾ ਨਹੀਂ ਰੱਬ ਨੇ ਕਿਹੜੇ ਰੰਗਾਂ 'ਚ ਰੱਖ ਕਰ ਦੇਣਾ ਵਾ ਮਹਾਰਾਜ ਨੇ, ਹੈ ਨਾ, ਅਤੇ ਰਾਜੇ ਤੋਂ ਰੰਕ ਵੀ ਬਣਾ ਦਿੰਦਾ ਅਤੇ ਰੰਕ ਤੋਂ ਰਾਜਾ ਵੀ ਬਣਾ ਦਿੰਦਾ, ਉਹਦੀ ਲੀਲਾ ਸਾਰੀ, ਠੀਕ ਹੈ ਜੀ, ਅਤੇ ਇਸ ਕਰਕੇ ਮਾਣ ਕਿਸੇ ਗੱਲ ਦਾ ਕਰਨਾ ਨਹੀਂ ਚਾਹੀਦਾ, ਜਾਂ ਮੈਂ ਇਹ ਤੁਰ ਫਿਰ ਨਹੀਂ ਸਕਦੇ, ਹੈ ਨਾ, ਵੀ ਅਗਲਾ ਕਹਿੰਦਾ ਇਹ ਧਰਤੀ 'ਤੇ ਮੈਨੂੰ ਕਿਸੇ ਨੇ ਕਹਿ ਵੀ ਦਿੱਤਾ ਸੀ ਵੀ ਕਮੈਂਟ 'ਤੇ ਬੈਚੀ, ਅਤੇ ਕਿਸੇ ਧਰਤੀ ਦੇ ਕੀੜੇ ਨੂੰ ਰੇਂਗਦਾ, ਹੈ ਨਾ, ਅਤੇ ਮੈਂ ਇੱਦਾਂ ਹੀ ਚੰਗਾ ਖੁਸ਼ ਹਾਂ ਮੈਂ ਆਪਦੀ ਜ਼ਿੰਦਗੀ 'ਚ, ਭਾਵੇਂ ਰੇਂਗ ਕੇ ਕੀੜੇ ਨੂੰ ਕੱਢਦਾ ਕਿਵੇਂ ਕੱਢਦਾ, ਠੀਕ ਹੈ, ਅਤੇ ਵੀ ਮੈਂ ਇੱਦਾਂ ਹੀ ਖੁਸ਼ ਹਾਂ ਜਿੱਦਾਂ ਵੀ ਹੈਗਾ, ਮਹਾਰਾਜ ਨੇ ਜਿੱਥੇ ਰੱਖਿਆ ਜਿਹੜੀ ਮਹਾਰਾਜ ਦੀ ਰਜਾ ਸਿਰ ਮੱਥੇ ਜਿਵੇਂ ਰੱਖਿਆ ਉਹਨੇ ਵਧੀਆ ਰੱਖਿਆ ਮੈਨੂੰ, ਠੀਕ ਹੈ, ਕਿਸੇ ਗੱਲੋਂ ਮਾੜਾ ਨਹੀਂ ਰੱਖਿਆ, ਐਵੇਂ ਕਹਾਂ, ਸਭ ਕੁਛ ਦਿੱਤਾ ਮੈਨੂੰ, ਪਰਿਵਾਰ ਦਿੱਤਾ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਆ ਵੀ ਕੁੜੀਆਂ ਦਾ ਇੰਨਾ ਕੀ ਕਾਲ ਪਿਆ ਵਾ, ਅਤੇ ਕੁੜੀਆਂ ਨਹੀਂ ਮਿਲਦੀਆਂ ਕਿਸੇ ਨੂੰ, ਹੈ ਨਾ, ਅਤੇ ਮੈਂ ਉਹ ਭੈਣ ਨੂੰ ਕਹਿਣਾ ਚਾਹੁੰਦਾ, ਭੈਣੇ ਵੀ ਸਬਰ ਹੁੰਦਾ ਗਾ, ਅਤੇ ਵੀ ਜਿਹੜਾ ਕੋਈ ਮੁੰਡਾ ਕਮੈਂਟ ਕਰਦਾ ਇੱਦਾਂ ਆਪਣੇ ਬਾਰੇ, ਇਹ ਨਹੀਂ ਪਤਾ ਵੀ ਵੀਰ ਵੀ ਤੁਹਾਨੂੰ ਹੈਂਡੀਕੈਪ ਕਿਸੇ ਕੁੜੀ ਦਾ ਰਿਸ਼ਤਾ ਲੈਣਾ ਪੈ ਜੇ, ਜਿਸ ਹਿਸਾਬ ਨਾਲ ਹਾਲਾਤ ਹੋਏ ਪਏ, ਕਿਉਂ 30 ਲੱਖ ਜਿਹਦੀ ਜੇਬ 'ਚ ਹੈ ਉਹੀ ਵਿਆਹਿਆ ਜਾਊਗਾ, ਅਤੇ ਦੂਜਾ ਨਹੀਂ ਵਿਆਹਿਆ ਜਾਂਦਾ, ਇਦੋਂ ਵੀ ਮਾੜੇ ਯਾਨੀ ਕਿ ਵੀ ਅੱਜ ਹੁਣ ਤਾਂ ਕੁਛ ਵੀ ਨਹੀਂ, ਇਦੋਂ ਵੀ ਭਿਆਨਕ ਅੱਗੇ ਸਮਾਂ ਆ ਰਿਹਾ, ਠੀਕ ਹੈ, ਇਹ ਤੁਹਾਡੇ ਮੂਹਰੇ ਆ ਜਾਣਾ ਸਾਰਾ ਕੁਛ, ਠੀਕ ਹੈ, ਸਬਰ ਰੱਖੋ ਥੋੜ੍ਹਾ ਜਿਹਾ, ਸਭ ਕੁਛ ਇੱਥੇ ਦੇਖਣ ਨੂੰ ਮਿਲੂਗਾ, ਅਤੇ ਆਪਾਂ ਨੂੰ ਕਿਸੇ ਨਾਲ ਗੁੱਸਾ ਨਹੀਂ ਗਲਾ ਨਹੀਂ, ਹੈ ਨਾ, ਜੋ ਸੋਚ ਹੈ ਕਿਸੇ ਦੀ ਆਪਾਂ ਬਦਲ ਨਹੀਂ ਸਕਦੇ, ਜਿਵੇਂ ਬੋਲਦਾ ਬੋਲੀ ਜਾਣ ਦਿਉ, ਆਪਾਂ ਨੂੰ ਕੋਈ ਪਰਵਾਹ ਨਹੀਂ, ਇੱਕ ਮਾਲਕ ਤੋਂ ਡਰ ਕੇ ਰਹਿਣਾ ਚਾਹੀਦਾ ਬਸ, ਬੰਦਾ ਕੀ ਕਰ ਲੂਗਾ, ਹੈ ਨਾ, ਬੰਦਾ ਤਾਂ ਰਾਖ ਦੀ ਢੇਰੀ ਆ। ਅਤੇ ਚਲੋ ਕੱਲ੍ਹ ਤੋਂ, ਅੱਜ ਵੀ ਨਾ ਬਿਜ਼ੀ ਸੀਗੇ ਥੋੜ੍ਹੇ ਜਿਹੇ,
ਬਲੌਗ ਨਾ ਐਟ ਏ ਟਾਈਮ ਬਣਾਉਣਾ ਪੈ ਗਿਆ, ਇੱਕ ਅਖੰਡ ਪਾਠ ਦੇ ਭੋਗ ਪਏ ਆ ਅੱਜ ਆਪਣੇ, ਹੈ ਨਾ। ਅਤੇ ਚਲੋ ਵੀ ਇੱਕ ਸਾਡੇ ਚਾਚੀ ਜੀ ਢਿੱਲੇ ਹੋ ਗਏ ਸੀਗੇ, ਅਤੇ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ਣ, ਗੁਰੂ ਰਾਮਦਾਸ ਜੀ, ਅਤੇ ਉਹ ਆਪਦੇ ਬੱਚਿਆਂ ਦੇ ਵਿੱਚ ਰਹਿਣ, ਹੈ ਨਾ, ਅਤੇ ਬੈਠੇ ਰਹਿਣ ਖੰਭਾਂ ਥੱਲੇ ਲੈ ਕੇ ਆਪਦੇ ਬੱਚਿਆਂ ਨੂੰ। ਮਾਂ ਤਾਂ ਕਿਸੇ ਦੀ ਰੱਬ ਖੋਵੇ ਨਾ, ਮਾਂ ਬਾਪ ਨਾ ਕਿਸੇ ਦਾ ਖੋਵੇ ਰੱਬ, ਹੈ ਨਾ। ਅਤੇ ਬਾਕੀ ਜੋ ਉਹਨੂੰ ਚੰਗਾ ਲੱਗਦਾ ਕਰਦਾ, ਹੈ ਨਾ। ਮਾਂ ਬਾਪ ਜੋ ਵੀ ਹੈ, ਜਾਣੀ ਕਿ ਵੀ ਦੋਨੇ ਹੀ ਜ਼ਰੂਰੀ ਹੈ। ਆਪਾਂ ਇਹ ਨਹੀਂ ਕਹਿੰਦੇ ਵੀ ਮਾਂ ਹੀ ਜ਼ਰੂਰੀ ਹੁੰਦੀ ਹੈ, ਬਾਪ ਦਾ ਨਾਮ ਵੀ ਜ਼ਰੂਰੀ ਹੁੰਦਾ। ਬਾਪ ਵੀ ਬਾਪ ਨਾਲ ਨਾ, ਜੇ ਬਾਪ ਨਾਲ ਖੜਾ ਗਾ, ਠੀਕ ਹੈ, ਪਿਓ ਨਾਲ ਖੜਾ ਗਾ, ਕੋਈ ਖੰਘਦਾ ਨਹੀਂ ਆਪਣੇ ਵੱਲ ਹੀ। ਮੇਰਾ ਭਾਪਾ ਹੁੰਦਾ ਸੀਗਾ, ਮੇਰੇ ਪਾਪਾ ਨਾ ਕਈ ਵਾਰ ਉਹਨੇ ਮੇਰੇ ਨਹੀਂ ਦੇਖੀ ਜਾਣਾ, ਮੇਰੇ ਲਈ ਦੇਖਦੇ ਦੇਖਦੇ ਨਾ ਪਤਾ ਕੀ ਕਹਿਣਾ, ਪਾਪੇ ਨੇ ਅੱਖਾਂ ਭਰਿਆ ਹੋਣੀਆਂ ਮੇਰੇ ਨੇ। ਪਾਪੇ ਨੇ ਮੇਰੇ ਨੇ ਕਹਿਣਾ ਕੰਜਰਾ, ਮੈਂ ਕਹਿਣਾ ਪਾਪਾ ਤੂੰ ਅੱਖਾਂ ਕਾਹਤੋਂ ਭਰਿਆ, ਉਹਨੇ ਕਹਿਣਾ ਕੰਜਰਾ ਐਂ ਦੇਖੀ ਜਾਣਾ। ਮੈਂ ਕੰਜਰਾ ਜੇ ਕਿਤੇ ਨਾ ਤੂੰ ਤੁਰਦਾ ਹੁੰਦਾ ਸਹੀ ਸਲਾਮਤ ਹੁੰਦਾ, ਕਹਿੰਦਾ ਅੱਜ ਨੂੰ ਤੂੰ ਫੌਜ 'ਚ ਹੁੰਦਾ, ਜੈਸਾ ਹੁਣ ਤੇਰਾ ਕੱਦ ਕਾਠ ਸੀਗਾ, ਹੈ ਨਾ। ਅਤੇ ਉਹਨਾਂ ਦੀ ਵੇਖ ਲਓ ਸੋਚ ਕਿੱਥੇ ਅੜੀ ਵੀ ਸੀਗੀ, ਅਤੇ ਅੱਜ ਜਾਣੀ ਕਿ ਵੀ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਹੈ ਨਾ। ਅਤੇ ਸੁੱਖ ਨਹੀਂ ਦੇਖਣਾ ਸੀ ਉਹਨਾਂ ਨੇ, ਇਹ ਸੁੱਖ ਦੇਖਣਾ ਨਹੀਂ ਸੀ ਉਹਨਾਂ ਨੇ, ਹੈ ਨਾ। ਵੀ ਅੱਜ ਕਿੱਥੇ ਮੇਰੇ ਪਿਓ ਦਾ ਨਾਂ ਅੱਜ ਵੀ ਚੱਲਦਾ ਪਿੰਡ 'ਚ, ਰਾਧੇ ਮਿਸਤਰੀ ਦਾ ਘਰ ਪੁੱਛ ਕੇ ਜਿਹੜਾ ਮਰਜ਼ੀ ਆਪਣੇ ਘਰ ਆ ਸਕਦਾ ਗਾ, ਇੰਨਾ ਚੱਲਦਾ ਮੇਰੇ ਡੈਡੀ ਦਾ ਨਾਮ। ਇੰਜਣਾਂ ਦਾ ਕੰਮ ਕਰਦੇ ਸੀ, ਜਦੋਂ ਤੁਹਾਨੂੰ ਪਤਾ ਹੀ ਆ, ਪਹਿਲਾਂ ਬੋਰਾਂ ਦੇ ਉੱਤੇ ਇੰਜਣ ਲੱਗਦੇ ਹੁੰਦੇ ਸੀ, ਅਤੇ ਉਹ ਇੰਜਣਾਂ ਦਾ ਕੰਮ ਕਰਦੇ ਸੀਗੇ, ਰਾਧਾ ਮਿਸਤਰੀ, ਠੀਕ ਹੈ। ਕਿਉਂਕਿ ਜਿਹੜੇ ਮਰਜ਼ੀ ਭਲਾ ਬੱਚੇ ਨੂੰ ਪੁੱਛ ਲਓ ਰਾਧੇ ਮਿਸਤਰੀ ਦੇ ਘਰ ਜਾਣਾ, ਅਤੇ ਤੁਹਾਨੂੰ ਦੱਸ ਦੂਗਾ ਅਗਲਾ ਕਿ ਫਲਾਣੇ ਦਾ ਘਰ ਆ, ਉਹਨਾਂ ਦਾ ਫਲਾਣੇ ਗਲੀ 'ਚ ਘਰ ਆ, ਇੰਨਾ ਕੁ ਨਾਮ ਬਣਾਇਆ ਵਾ ਮੇਰੇ ਪਿਓ ਨੇ। ਅਤੇ ਚਲੋ ਠੀਕ ਹੈ ਜੀ, ਕੱਲ੍ਹ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਹਾਂ, ਇੰਨਾ ਕੁ ਦੁੱਖ ਸੁੱਖ ਬਹੁਤ ਆ, ਹੈ ਨਾ। ਅਤੇ ਕੱਲ੍ਹ ਨੂੰ ਕਰਾਂਗੇ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ, ਹੈ ਨਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਰਮਨ ਵੀ ਲਾਵਾ ਹੋਣਗੇ ਨਿੱਕੇ ਨਿੱਕੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੱਲ੍ਹ ਮਿਲਾਂਗੇ ਫਿਰ ਨਵੇਂ ਬਲੌਗ ਦੇ ਨਾਲ। ਅਤੇ ਤੁਹਾਡੀ ਭਤੀਜੀ ਸੌ ਰਹੀ ਹੈ, ਸੌਂ ਗਈ ਆ। ਪਾਈ ਨਹੀਂ ਮੈਂ, ਕਿੱਟ ਪਾਈ ਸੀ, ਕਿੱਟ।